ਹੈਲੋ ਗਾਈਜ਼, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਤੁਹਾਡਾ ਮੇਰੇ ਚੈਨਲ 'ਤੇ ਸਵਾਗਤ ਆ। ਅੱਜ ਆਪਾਂ ਕਰਾਂਗੇ ਜਾਗੁਲ ਦਾ ਮੇਕਅਪ ਲੁੱਕ, ਇਹ ਤੁਹਾਡੇ ਅੱਗੇ ਹਾਜ਼ਰ ਆ। ਸੋ ਸਭ ਤੋਂ ਪਹਿਲਾਂ ਮੈਂ ਲਗਾਊਂਗੀ ਟੋਨਰ, ਜੋ ਕਿ ਮੇਰਾ ਫੇਵਰਟ ਪਾਰਟ ਆ, ਅਤੇ ਇਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ, ਕਾਫੀ ਫਰੈਸ਼ ਫੀਲ ਹੁੰਦਾ। ਸੋ ਮੈਂ ਪਹਿਲਾਂ ਟੋਨਰ ਅਪਲਾਈ ਕੀਤਾ, ਉਸ ਤੋਂ ਬਾਅਦ ਉਹਨੂੰ ਸਕਿਨ ਦੇ ਵਿੱਚ ਓਬਜ਼ਰਵ ਹੋਣ ਲਈ ਥੋੜ੍ਹਾ ਟਾਈਮ ਦਿੱਤਾ, ਤਾਂ ਕਿ ਉਹ ਸਕਿਨ ਦੇ ਵਿੱਚ ਚੰਗੀ ਤਰ੍ਹਾਂ ਓਬਜ਼ਰਵ ਹੋ ਜਾਵੇ। ਅਤੇ ਉਹਦੇ ਲਈ 2 ਸੈਕਿੰਡ ਦਾ ਟਾਈਮ ਦਿਓ ਤੁਸੀਂ ਵੀ, ਅਤੇ ਮੈਂ ਵੀ 2 ਸੈਕਿੰਡ ਤੋਂ 3-4 ਸੈਕਿੰਡ ਦਾ ਟਾਈਮ ਦਿੰਦੀ ਹਾਂ। ਉਸ ਤੋਂ ਬਾਅਦ ਮੈਂ ਮੋਇਸਚਰਾਈਜ਼ਰ ਅਪਲਾਈ ਕੀਤਾ, ਜਿਹਦੇ ਨਾਲ ਸਕਿਨ ਕਾਫੀ ਜ਼ਿਆਦਾ ਸੋਫਟ ਹੋ ਜਾਂਦੀ ਹੈ, ਅਤੇ ਇਹ ਸਕਿਨ ਪ੍ਰੈਪ ਆ, ਜੋ ਕਿ ਮੇਕਅਪ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਆ, ਅਤੇ ਇਹ ਜ਼ਰੂਰ ਕਰਨੀ ਚਾਹੀਦੀ ਆ ਸਾਨੂੰ ਜੇ ਆਪਾਂ ਬੇਸ ਵਗੈਰਾ ਰੈਡੀ ਕਰਨਾ ਤਾਂ। ਅਤੇ ਇੱਥੇ ਮੈਂ ਮੋਇਸਚਰਾਈਜ਼ਰ ਲਗਾਉਣ ਤੋਂ ਬਾਅਦ ਲਗਾਇਆ ਫੇਸ ਓਇਲ, ਜਿਵੇਂ ਕਿ ਤੁਹਾਨੂੰ ਪਤਾ ਮੌਸਮ ਚੇਂਜ ਹੋ ਰਿਹਾ ਅਤੇ ਮੇਰੀ ਸਕਿਨ ਡਰਾਈ ਹੋ ਜਾਂਦੀ ਆ, ਅਤੇ ਉਹਦੇ ਕਰਕੇ ਮੈਂ ਫੇਸ ਓਇਲ ਯੂਜ਼ ਕਰਦੀ ਹਾਂ, ਜਿਹਦੇ ਨਾਲ ਸਕਿਨ ਬਹੁਤ ਜ਼ਿਆਦਾ ਗਲੋਇੰਗ ਹੋ ਜਾਂਦੀ ਆ, ਤੁਹਾਡਾ ਮੇਕਅਪ ਬਹੁਤ ਜ਼ਿਆਦਾ ਗਲੋਇੰਗ ਲੱਗਦਾ ਆ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਫੇਸ 'ਤੇ ਕਿੰਨਾ ਗਲੋ ਆ ਗਿਆ। ਅਤੇ ਫਿਰ ਉਸ ਤੋਂ ਬਾਅਦ ਮੈਂ ਲਗਾਇਆ ਪ੍ਰਾਈਮਰ, ਪ੍ਰਾਈਮਰ ਵੀ ਬਹੁਤ ਵਧੀਆ ਚੀਜ਼ ਆ, ਇਹ ਤੁਹਾਡੇ ਮਤਲਬ ਮੈਟ ਫਿਨਿਸ਼ਿੰਗ ਦਿੰਦਾ, ਤੁਹਾਡੇ ਫੇਸ ਨੂੰ ਬਿਲਕੁਲ ਹੀ ਮਤਲਬ ਸੋਫਟ ਫਿਨਿਸ਼ਿੰਗ ਆ ਜਾਂਦੀ ਆ ਤੁਹਾਡੇ ਫੇਸ 'ਤੇ। ਅਤੇ ਇੱਥੇ ਮੈਂ ਪ੍ਰਾਈਮਰ ਲਗਾ ਲਿਆ, ਅਤੇ ਉਸ ਤੋਂ ਬਾਅਦ ਮੈਂ ਕਰ ਰਹੀ ਹਾਂ ਕਲਰ ਕਰੈਕਸ਼ਨ, ਅਤੇ ਜਿੱਥੇ ਜਿੱਥੇ ਮੇਰੇ ਡਾਰਕ ਸਰਕਲ ਆ, ਥੋੜ੍ਹੇ ਪੈਚਸ ਵਗੈਰਾ ਆ, ਉੱਥੇ ਮੈਂ ਕਲਰ ਕਰੈਕਸ਼ਨ ਕਰ ਰਹੀ ਹਾਂ। ਇਹ ਮੈਂ ਡਿਟੇਲਸ ਤੁਹਾਨੂੰ ਨੈਕਸਟ ਵਲੌਗ 'ਚ ਦੱਸੂਗੀ ਕਿ ਮੈਂ ਕੀ ਪ੍ਰੋਡਕਟ ਯੂਜ਼ ਕਰ ਰਹੀ ਹਾਂ। ਫਿਲਹਾਲ ਲਈ ਮੈਂ ਤੁਹਾਡੇ ਲਈ ਇਹੀ ਚੀਜ਼ ਲੈ ਕੇ ਆਈ ਹਾਂ, ਤਾਂ ਕਿ ਤੁਸੀਂ ਦੇਖ ਸਕੋ ਕਿ ਮੈਂ ਕਿੱਦਾਂ ਮੇਕਅਪ ਕਰਦੀ ਹਾਂ। ਅਤੇ ਸਪੈਸ਼ਲੀ ਮੈਂ ਜਦੋਂ ਕਿਤੇ ਜਾਣਾ ਹੁੰਦਾ ਜਾਂ ਕੋਈ ਫੰਕਸ਼ਨ ਹੁੰਦਾ, ਉਦੋਂ ਹੀ ਇੰਨਾ ਸਾਰਾ ਮੇਕਅਪ ਮਤਲਬ ਕਰਦੀ ਹਾਂ। ਵੈਸੇ ਨੋਰਮਲ ਮੇਕਅਪ ਜਿਹੜਾ ਡੇਲੀ ਰੂਟੀਨ 'ਚ ਆ, ਉਹ ਵੀ ਮੈਂ ਤੁਹਾਨੂੰ ਦਿਖਾਊਂਗੀ ਬਹੁਤ ਜਲਦੀ। ਅਤੇ ਤੁਸੀਂ ਦੇਖ ਸਕਦੇ ਹਾਂ ਕਾਫੀ ਜਗ੍ਹਾ 'ਤੇ ਮੈਂ ਥੋੜ੍ਹੇ ਥੋੜ੍ਹੇ ਬਲੈਕ ਪੈਚਸ ਜੇ ਹੈਗੇ ਆ, ਅਤੇ ਮੈਂ ਉਹ ਸਾਰੇ ਕਵਰ ਕਰ ਰਹੀ ਹਾਂ। ਅਤੇ ਉਹਨੂੰ ਮੈਂ ਚੰਗੀ ਤਰ੍ਹਾਂ ਕਵਰ ਕਰਨ ਤੋਂ ਬਾਅਦ ਛੋਟਾ ਬਲੈਂਡਰ ਲਉਂਗੀ, ਉਹਦੇ ਨਾਲ ਚੰਗੀ ਤਰ੍ਹਾਂ ਬਲੈਂਡ ਕਰੂੰਗੀ। ਜ਼ਿਆਦਾ ਬਲੈਂਡ ਨਹੀਂ ਕਰਨਾ ਹੈਗਾ, ਜਿਹਦੇ ਨਾਲ ਸਾਡੇ ਜਿਹੜਾ ਕਲਰ ਕਰੈਕਸ਼ਨ ਆਪਾਂ ਕੀਤੀ ਉਹ ਸਾਰੀ ਲੁੱਕ ਜਾਣੀ ਆ, ਇਸ ਕਰਕੇ ਜ਼ਿਆਦਾ ਬਲੈਂਡ ਨਹੀਂ ਕਰਨਾ, ਥੋੜ੍ਹਾ ਥੋੜ੍ਹਾ ਉਹਨੂੰ ਰੱਖਣਾ ਆ। ਅਤੇ ਕਲਰ ਕਰੈਕਸ਼ਨ ਕਰਨ ਤੋਂ ਬਾਅਦ ਮੈਂ ਯੂਜ਼ ਕਰੂੰਗੀ ਫਾਊਂਡੇਸ਼ਨ। ਫਾਊਂਡੇਸ਼ਨ ਮੈਂ ਆਪਣੀ ਫਿੰਗਰਸ ਦੀ ਹੈਲਪ ਦੇ ਨਾਲ ਆਪਣੇ ਫੇਸ 'ਤੇ ਲਗਾਊਂਗੀ। ਅਤੇ ਗਾਈਜ਼, ਮੈਂ ਤੁਹਾਨੂੰ ਵਾਰ ਵਾਰ ਦੱਸ ਰਹੀ ਹਾਂ ਕਿ ਮੈਂ ਡੇਲੀ ਪ੍ਰੋਸੀਜਰ ਨਹੀਂ ਕਰਦੀ ਆਪਣੇ ਫੇਸ 'ਤੇ, ਕਿਉਂਕਿ ਇੰਨਾ ਜ਼ਿਆਦਾ ਮੇਕਅਪ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਸਕਿਨ ਲਈ ਹੈਲਦੀ ਚੀਜ਼ ਆ। ਸੋ ਮੈਂ ਇਹ ਕਦੀ ਕਦੀ ਯੂਜ਼ ਕਰਦੀ ਹਾਂ ਜਦੋਂ ਮੈਂ ਕਿਤੇ ਖਾਸ ਫੰਕਸ਼ਨ 'ਤੇ ਜਾਣਾ ਹੋਵੇ। ਵੈਸੇ ਮੈਂ ਫਾਊਂਡੇਸ਼ਨ ਸਕਿਪ ਹੀ ਕਰਦੀ ਹਾਂ, ਮੈਂ ਮੋਸਟਲੀ ਕੰਸੀਲ ਹੀ ਯੂਜ਼ ਕਰਦੀ ਹਾਂ, ਤਾਂ ਵੀ ਮੈਂ ਤੁਹਾਨੂੰ ਦਿਖਾਊਂਗੀ ਕਿ ਉਹ ਟ੍ਰਿਕ ਮੈਂ ਕਿੱਦਾਂ ਯੂਜ਼ ਕਰਦੀ ਹਾਂ। ਅਤੇ ਨੋਰਮਲੀ 'ਚ ਮੈਂ ਮੇਕਅਪ ਨਹੀਂ ਕਰਦੀ ਹੈਗੀ, ਅਤੇ ਕਦੀ ਕਦੀ ਜਦੋਂ ਵੀ ਜਾਣਾ ਤਾਂ ਕੰਸੀਲਰ ਹੀ ਅਪਲਾਈ ਕਰਦੀ ਹਾਂ। ਅਤੇ ਇੱਥੇ ਮੈਂ ਚੰਗੀ ਤਰ੍ਹਾਂ ਆਪਣਾ ਫਾਊਂਡੇਸ਼ਨ ਬਲੈਂਡ ਕਰ ਲਿਆ ਆ ਬਲੈਂਡਰ ਦੇ ਨਾਲ। ਅਤੇ ਬਲੈਂਡਰ ਤੁਹਾਡਾ ਪਹਿਲਾਂ ਮਤਲਬ ਕਿ ਗਿੱਲਾ ਹੋਣਾ ਚਾਹੀਦਾ, ਉਹਨੂੰ ਚੰਗੀ ਤਰ੍ਹਾਂ ਗਿੱਲਾ ਕਰਨ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਸੁਕਾ ਲਓ, ਮਤਲਬ ਥੋੜ੍ਹਾ ਗਿੱਲਾ ਹੋਣਾ ਚਾਹੀਦਾ, ਤਾਂ ਕਿ ਤੁਹਾਡਾ ਫਾਊਂਡੇਸ਼ਨ ਨਾ ਖਾ ਜਾਵੇ ਤੁਹਾਡਾ ਬਲੈਂਡਰ। ਅਤੇ ਉਹਦੇ ਕਰਕੇ ਮੈਂ ਥੋੜ੍ਹਾ ਗਿੱਲਾ ਰੱਖਿਆ ਹੋਇਆ ਆ, ਅਤੇ ਇਹਦੇ ਨਾਲ ਤੁਹਾਡਾ ਜਿਹੜਾ ਫਾਊਂਡੇਸ਼ਨ ਆ ਚੰਗੀ ਤਰ੍ਹਾਂ ਬਲੈਂਡ ਵੀ ਹੋਊਗਾ। ਅਤੇ ਉਸ ਤੋਂ ਬਾਅਦ ਮੈਂ ਆਪਣੇ ਥੋੜ੍ਹੇ ਥੋੜ੍ਹੇ ਜਿਹੜੇ ਆਪਣੇ ਆਈਜ਼ ਦੇ ਕੋਲ, ਅਤੇ ਆਪਣੇ ਨੋਜ਼ ਦੇ ਕੋਲ, ਅਤੇ ਆਪਣੇ ਲਿਪਸ ਦੇ ਕੋਲ ਥੋੜ੍ਹੇ ਆਪਣੇ ਪਾਰਟਸ ਹਾਈਲਾਈਟ ਕਰ ਰਹੀ ਹਾਂ ਫੇਸ ਦੇ, ਜੋ ਕਿ ਇੱਕ ਵਧੀਆ ਲੁੱਕ ਦਿੰਦੇ ਆ ਤੁਹਾਡੇ ਫੇਸ ਨੂੰ। ਅਤੇ ਇਹ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਜਦੋਂ ਆਪਾਂ ਮੇਕਅਪ ਕਰਦੇ ਹਾਂ, ਇਹ ਕਾਫੀ ਵਾਈਬ੍ਰੈਂਟ ਜਿਹਾ ਲੱਗਦਾ ਆ, ਫਿਰ ਜ਼ਿਆਦਾ ਅਟਰੈਕਟਿਵ ਲੱਗਦਾ ਆ ਤੁਹਾਡੀ ਆਈਜ਼ ਵਗੈਰਾ, ਫੀਚਰਸ ਵਗੈਰਾ। ਅਤੇ ਮੈਂ ਇਹ ਸਾਰੇ ਹਾਈਲਾਈਟ ਕਰ ਰਹੀ ਹਾਂ ਆਪਣੇ ਸ਼ੇਡ ਤੋਂ ਲਾਈਟ ਸ਼ੇਡ ਦੇ ਨਾਲ, ਤੁਸੀਂ ਦੇਖ ਸਕਦੇ ਹਾਂ। ਅਤੇ ਇਹਨੂੰ ਵੀ ਮੈਂ ਬਲੈਂਡ ਕਰ ਲੈਣਾ ਛੋਟੇ ਬਲੈਂਡਰ ਦੀ ਹੈਲਪ ਨਾਲ। ਅਤੇ ਗਾਈਜ਼, ਜਿਵੇਂ ਕਿ ਤੁਸੀਂ ਦੇਖ ਸਕਦੇ, ਮੈਨੂੰ ਕਾਫੀ ਜ਼ਿਆਦਾ ਦਿੱਕਤ ਹੁੰਦੀ ਆ ਬਲੈਂਡ ਕਰਨ 'ਚ, ਕਿਉਂਕਿ ਮੇਰੇ ਨੇਲਸ ਕਾਫੀ ਜ਼ਿਆਦਾ ਲੰਬੇ ਸੀਗੇ, ਮੈਂ ਲੈਂਥ ਕਾਫੀ ਲੰਬੀ ਰੱਖੀ, ਫਿਰ ਮੈਂ ਹਾਰ ਕੇ ਵੱਡਾ ਵਾਲਾ ਬਲੈਂਡਰ ਹੀ ਯੂਜ਼ ਕੀਤਾ। ਫਿਰ ਮੈਂ ਚੰਗੀ ਤਰ੍ਹਾਂ ਬਲੈਂਡ ਕਰ ਰਹੀ ਆਪਣੇ ਫੇਸ ਦੇ ਉੱਤੇ। ਅਤੇ ਬਾਕੀ ਜੋ ਤੁਸੀਂ ਬੇਸ ਰੈਡੀ ਹੋ ਜਾਊਗਾ, ਤੁਹਾਨੂੰ ਜ਼ਿਆਦਾ ਵਧੀਆ ਲੱਗੇਗਾ। ਸੋ ਆਪਣਾ ਸਲੋਲੀ ਸਲੋਲੀ ਆਪਣਾ ਕੰਮ ਕਰਿਆ ਕਰੋ, ਮੇਕਅਪ ਨੂੰ ਟਾਈਮ ਦਿਆ ਕਰੋ। ਅਤੇ ਮੈਂ ਇੱਥੇ ਚੰਗੀ ਤਰ੍ਹਾਂ ਟਾਈਮ ਦੇ ਰਹੀ ਹਾਂ ਆਪਣੇ ਫੇਸ ਨੂੰ, ਮੇਕਅਪ ਨੂੰ। ਅਤੇ ਹੁਣ ਮੈਂ ਕਰ ਲਿਆ ਬਲੈਂਡ, ਉਸ ਤੋਂ ਬਾਅਦ ਮੈਂ ਲਗਾ ਰਹੀ ਹਾਂ ਲੂਜ਼ ਪਾਊਡਰ, ਜਿਹਦੇ ਨਾਲ ਮੈਂ ਆਪਣਾ ਮੇਕਅਪ ਸੈੱਟ ਕਰ ਰਹੀ ਹਾਂ। ਖਾਸ ਕਰਕੇ ਮੈਂ ਆਈਜ਼ ਦੇ ਕੋਲ ਮੇਕਅਪ ਜ਼ਰੂਰ ਸੈੱਟ ਕਰਦੀ ਹਾਂ, ਕਿਉਂਕਿ ਮੇਰੇ ਕਰੀਜ਼ ਬਣ ਜਾਂਦੀਆਂ ਆਈਜ਼ ਦੇ ਕੋਲ। ਅਤੇ ਬਾਕੀ ਵੈਸੇ ਮੇਰੇ ਕਿਤੇ ਕਰੀਜ਼ ਬਣਦੀਆਂ ਨਹੀਂ ਫੇਸ 'ਤੇ, ਬਟ ਆਈਜ਼ ਕੋਲ ਬਣਦੀਆਂ ਆ, ਉਹ ਵੀ ਤਾਂ ਕਿਉਂਕਿ ਜਦੋਂ ਹਾਸਦੇ ਵਗੈਰਾ ਆ ਨਾ ਆਪਾਂ, ਇਸ ਕਰਕੇ ਮੈਂ ਲੂਜ਼ ਪਾਊਡਰ ਦੇ ਨਾਲ ਉਹ ਚੰਗੀ ਤਰ੍ਹਾਂ ਸੈੱਟ ਕਰ ਲਿਆ। ਅਤੇ ਫਿਰ ਮੈਂ ਬਾਕੀ ਫੇਸ 'ਤੇ ਵੀ ਚੰਗੀ ਤਰ੍ਹਾਂ ਲੂਜ਼ ਪਾਊਡਰ ਦੇ ਨਾਲ ਉਹਨੂੰ ਸੈੱਟ ਕਰ ਰਹੀ ਹਾਂ। ਮੈਂ ਕੰਪੈਕਟ ਨਹੀਂ ਯੂਜ਼ ਕਰਦੀ ਹੈਗੀ, ਕਿਉਂਕਿ ਉਹਦੇ ਨਾਲ ਇੱਕ ਲੇਅਰ ਜੀ ਬਣ ਜਾਂਦੀ ਆ ਫੇਸ 'ਤੇ, ਜੋ ਮੈਨੂੰ ਨਹੀਂ ਵਧੀਆ ਲੱਗਦੀ। ਲੂਜ਼ ਪਾਊਡਰ ਬਹੁਤ ਜ਼ਿਆਦਾ ਲਾਈਟ ਵੇਟਡ ਹੁੰਦਾ ਹੈ, ਇਸ ਕਰਕੇ ਮੈਂ ਲੂਜ਼ ਪਾਊਡਰ ਹੀ ਪ੍ਰੈਫਰ ਕਰਦੀ ਹਾਂ ਹਮੇਸ਼ਾ ਮੇਕਅਪ ਲਈ। ਅਤੇ ਇਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਉਹ ਕਰਕੇ ਲੂਜ਼ ਪਾਊਡਰ ਲਗਾ ਕੇ, ਅਤੇ ਇਸ ਤੋਂ ਬਾਅਦ ਗਾਈਜ਼ ਮੇਕਅਪ ਨੂੰ ਆਪਣੇ ਸੈੱਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ
ਜਿਵੇਂ ਕਿ ਤੁਹਾਨੂੰ ਪਤਾ ਆਪਾਂ ਡਾਂਸ ਵਗੈਰਾ ਕਰਦੇ ਹਾਂ ਜਾਂ ਫਿਰ ਆਪਾਂ ਨੂੰ ਸਵੈਟ ਵਗੈਰਾ ਆ ਜਾਂਦਾ ਅਤੇ ਫਿਰ ਆਪਣਾ ਬੇਸ ਆ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ। ਇੱਥੇ ਮੈਂ ਆਪਣੀ ਆਈਜ਼ ਵਗੈਰਾ ਸੈੱਟ ਕਰ ਰਹੀ ਹਾਂ ਚੰਗੀ ਤਰ੍ਹਾਂ, ਕਿਉਂਕਿ ਹੁਣ ਮੈਂ ਆਪਣਾ ਕਰਨਾ ਆ ਆਈਜ਼ ਮੇਕਅਪ। ਆਈਜ਼ ਮੇਕਅਪ ਵੀ ਮੈਂ ਕਰਦੀ ਨਹੀਂ ਹੈਗੀ ਕਿਉਂਕਿ ਮੈਨੂੰ ਜ਼ਿਆਦਾ ਵਧੀਆ ਨਹੀਂ ਲੱਗਦੇ। ਮੈਂ ਮੋਸਟਲੀ ਆਈਲੈਸ਼ਸ ਐਕਸਟੈਂਸ਼ਨ ਕੀਤੀ ਹੁੰਦੀ ਜਿਹਦੇ ਕਰਕੇ ਮੈਂ ਅਵੋਇਡ ਹੀ ਕਰਦੀ ਹਾਂ ਆਈਜ਼ ਮੇਕਅਪ। ਬਟ ਇਹ ਰਾਤ ਦਾ ਫੰਕਸ਼ਨ ਸੀ ਅਤੇ ਮੈਨੂੰ ਲੱਗਾ ਕਿ ਆਈਜ਼ ਮੇਕਅਪ ਕਰਨਾ ਜ਼ਰੂਰੀ ਹੈ, ਸੋ ਮੈਂ ਹੁਣ ਆਈਜ਼ ਮੇਕਅਪ ਵੀ ਵਧੀਆ ਵਧੀਆ ਜਿਹਾ ਕਰੂੰਗੀ। ਅਤੇ ਫਾਈਨਲੀ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਮੈਂ ਇੱਕ ਲੈਣਾ ਆ ਸੋਹਣਾ ਜਿਹਾ ਲਾਈਟ ਸ਼ੇਡ ਆਪਣੇ ਬੇਸ ਦੇਣ ਲਈ ਆਈਜ਼ ਨੂੰ, ਅਤੇ ਬਹੁਤ ਜ਼ਿਆਦਾ ਪ੍ਰੀਟੀ ਲੱਗਦਾ ਇਹ ਜਸਟ ਬੇਸ ਦੇਣ ਨੂੰ। ਅਤੇ ਮੈਂ ਬ੍ਰੱਸ਼ਸ਼ ਦੀ ਹੈਲਪ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਉਹਨੂੰ ਝਾੜ ਲਿਆ ਜਿੰਨਾ ਕੁ ਐਕਸਟਰਾ ਪਾਊਡਰ ਲੱਗਾ ਹੋਇਆ ਸੀ, ਉਸ ਤੋਂ ਬਾਅਦ ਮੈਂ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਈ ਆਪਣੀ ਆਈਜ਼ 'ਤੇ ਤਾਂ ਕਿ ਮੇਰੇ ਆਈਜ਼ 'ਤੇ ਕਰੀਜ਼ ਨਾ ਬਣਨ, ਅਤੇ ਮੈਂ ਉਹ ਲਾਈਟ ਸ਼ੇਡ ਆਪਣੀ ਆਈਜ਼ 'ਤੇ ਅਪਲਾਈ ਕਰ ਰਹੀ ਹਾਂ ਸੋਹਣੀ ਤਰ੍ਹਾਂ। ਗਾਈਜ਼ ਜੇ ਤੁਸੀਂ ਆਈਜ਼ ਮੇਕਅਪ ਕਰਨਾ ਤਾਂ ਉਹਨੂੰ ਬਿਲਕੁਲ ਟਾਈਮ ਦਿਓ, ਹੌਲੀ ਹੌਲੀ ਮੇਕਅਪ ਕਰੋ ਅਤੇ ਤੁਹਾਡਾ ਮੇਕਅਪ ਜ਼ਿਆਦਾ ਵਧੀਆ ਹੋਊਗਾ। ਕਾਹਲੀ ਨਾ ਕਰੋ ਕਿਉਂਕਿ ਕਾਹਲੀ ਦੇ ਵਿੱਚ ਕੰਮ ਵਧੀਆ ਨਹੀਂ ਹੁੰਦਾ ਹੁੰਦਾ। ਅਤੇ ਇਹ ਵੀ ਮੈਂ ਬਿਲਕੁਲ ਹੌਲੀ ਹੌਲੀ ਸਲੋਲੀ ਸਲੋਲੀ ਉਹਨੂੰ ਬਲੈਂਡ ਕਰ ਰਹੀ ਹਾਂ ਤਾਂ ਕਿ ਮੇਰੇ ਆਈਜ਼ ਮੇਕਅਪ ਉੱਨਾ ਹੀ ਉੱਭਰ ਕੇ ਆਵੇ। ਅਤੇ ਇਸ ਤੋਂ ਬਾਅਦ ਮੈਂ ਥੋੜ੍ਹਾ ਲਿਆ ਆ ਡਾਰਕ ਸ਼ੇਡ, ਥੋੜ੍ਹਾ ਜਿਹਾ ਡਾਰਕ ਸ਼ੇਡ ਲਿਆ ਤਾਂ ਕਿ ਮੇਰੀ ਆਈਜ਼ ਹੋ ਜ਼ਿਆਦਾ ਮਤਲਬ ਕਿ ਵੱਡੀਆਂ ਵੱਡੀਆਂ ਲੱਗਣ। ਅਤੇ ਮੈਂ ਇੱਥੇ ਡਾਰਕ ਸ਼ੇਡ ਦੇ ਨਾਲ ਸਾਈਡ 'ਤੇ ਉਹਨੂੰ ਵੀ ਬਲੈਂਡ ਕਰ ਰਹੀ ਹਾਂ ਇੱਕ ਵਧੀਆ ਜਿਹਾ ਉਮਰੇ ਸ਼ੇਡ ਦੇਣ ਨੂੰ ਆਪਣੀ ਆਈਜ਼ ਨੂੰ। ਇਹ ਦੋਨੋਂ ਸ਼ੇਡ ਮੈਂ ਮੋਸਟਲੀ ਵੈਸੇ ਯੂਜ਼ ਕਰਦੀ ਹੀ ਹਾਂ ਜਦੋਂ ਬੇਸ ਮੈਂ ਦਿੰਦੀ ਹੀ ਆਈਜ਼ ਨੂੰ, ਅਤੇ ਮੇਰੇ ਫੇਵਰਟ ਸ਼ੇਡ ਆ। ਅਤੇ ਇਹਦੇ ਨਾਲ ਮਤਲਬ ਹਰੇਕ ਆਊਟਫਿਟ ਨਾਲ ਇਹ ਚੱਲ ਹੀ ਜਾਂਦਾ ਮੋਸਟਲੀ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਇਹ, ਅਤੇ ਇਹਦਾ ਤੁਹਾਡੀ ਆਈਜ਼ ਬਹੁਤ ਜ਼ਿਆਦਾ ਸਟਲ ਜਿਹੀਆਂ ਲੱਗਦੀਆਂ ਆ। ਅਤੇ ਇਹਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੈਂ ਉਹਨੂੰ ਕਿਹੜੀ ਟੈਕਨੀਕ ਨਾਲ ਯੂਜ਼ ਕਰਕੇ ਮਤਲਬ ਉਹਨੂੰ ਚੰਗੀ ਤਰ੍ਹਾਂ ਪਿਆਰ ਨਾਲ ਬਲੈਂਡ ਕਰ ਰਹੀ ਹਾਂ। ਤੁਸੀਂ ਵੀ ਇੱਦਾਂ ਹੀ ਕਰਨਾ ਆ ਅਗਰ ਤੁਸੀਂ ਇਹ ਮੇਕਅਪ ਟਰਾਈ ਕਰਨਾ ਤਾਂ। ਫਿਰ ਗਾਈਜ਼ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰਨ ਤੋਂ ਬਾਅਦ ਮੈਂ ਲੈਣਾ ਆਪਣਾ ਨੈਕਸਟ ਸ਼ੇਡ। ਫਿਰ ਮੈਂ ਆਪਣਾ ਨੈਕਸਟ ਸ਼ੇਡ ਦੇਖ ਰਹੀ ਹਾਂ ਕਿ ਮੈਂ ਕਿਹੜਾ ਯੂਜ਼ ਕਰਨਾ ਆ। ਅਤੇ ਫਾਈਨਲੀ ਫਿਰ ਮੈਂ ਸੋਚਿਆ ਕਿ ਮੈਂ ਪਿੰਕ ਸ਼ੇਡ ਯੂਜ਼ ਕਰੂੰਗੀ, ਕਿਉਂਕਿ ਮੇਰਾ ਜੋ ਡਰੈਸ ਸੀਗਾ ਉਹ ਨਿਊਡ ਸ਼ੇਡ ਦੇ ਵਿੱਚ ਸੀ, ਅਤੇ ਮੈਂ ਚਾਹੁੰਦੀ ਸੀ ਥੋੜ੍ਹਾ ਹਾਈਲਾਈਟ ਜਿਹਾ ਹੀ ਕਰਾਂ ਇਸ ਨੂੰ। ਅਤੇ ਇੱਥੇ ਮੈਂ ਆਪਣੀ ਆਈਜ਼ ਦੇ ਉੱਪਰ ਪਿੰਕ ਸ਼ੇਡ ਲਗਾ ਰਹੀ ਹਾਂ ਤਾਂ ਕਿ ਵਧੀਆ ਜਿਹਾ ਸਮੋਕ ਜਿਹਾ ਉਮਰੇ ਜਿਹਾ ਇਫੈਕਟ ਆਵੇ ਆਈਜ਼ ਨੂੰ, ਅਤੇ ਮੈਂ ਚੰਗੀ ਤਰ੍ਹਾਂ ਲਗਾ ਰਹੀ ਹਾਂ। ਗਾਈਜ਼ ਅਗਰ ਤੁਹਾਨੂੰ ਇਹ ਮੇਰਾ ਵਧੀਆ ਲੱਗੂਗਾ ਨਾ ਮੇਕਅਪ ਤਾਂ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ ਤਾਂ ਕਿ ਮੈਂ ਤੁਹਾਡੇ ਲਈ ਹੋਰ ਵੀ ਵਧੀਆ ਵਧੀਆ ਮੇਕਅਪ ਲੁੱਕ ਆਪਣੀ ਲੈ ਕੇ ਆਵਾਂ। ਅਤੇ ਕਿਹੜੀ ਲੁੱਕ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਉਹ ਵੀ ਜ਼ਰੂਰ ਦੱਸਿਓ। ਅਤੇ ਜਿਵੇਂ ਕਿ ਦੇਖ ਰਹੇ ਹੋ ਤੁਸੀਂ ਮੈਂ ਇੱਥੇ ਚੰਗੀ ਤਰ੍ਹਾਂ ਬਲੈਂਡ ਕਰ ਰਹੀ ਹਾਂ ਪਿੰਕ ਸ਼ੇਡ ਨੂੰ, ਅਤੇ ਮੈਂ ਕੁਝ ਜ਼ਿਆਦਾ ਓਵਰ ਨਹੀਂ ਕਰ ਰਹੀ ਆਈਜ਼ ਨੂੰ, ਕਿਉਂਕਿ ਮੈਨੂੰ ਆਈਜ਼ ਸਟਲ 'ਚ ਹੀ ਵਧੀਆ ਲੱਗਦੀਆਂ ਆ। ਅਤੇ ਇੱਥੇ ਵੈਸੇ ਨੋਰਮਲ ਦੇ ਹਿਸਾਬ ਨਾਲ ਮੈਂ ਕਾਫੀ ਜ਼ਿਆਦਾ ਹੀ ਕਰ ਰਹੀ ਹਾਂ ਆਈਜ਼, ਮੈਨੂੰ ਲੱਗ ਰਿਹਾ ਇੱਦਾਂ ਕਿਉਂਕਿ ਮੈਂ ਇੰਨਾ ਜ਼ਿਆਦਾ ਨਹੀਂ ਆਈਜ਼ ਮੇਕਅਪ ਪ੍ਰੈਫਰ ਕਰਦੀ ਹੈਗੀ, ਕਿਉਂਕਿ ਮੈਨੂੰ ਆਈਜ਼ ਨੋਰਮਲ ਸਿੰਪਲ ਹੀ ਸੋਹਣੀਆਂ ਲੱਗਦੀਆਂ ਆ ਅਤੇ ਫੇਸ ਵੀ। ਅਤੇ ਇਸ ਤੋਂ ਬਾਅਦ ਫਿਰ ਮੈਂ ਆਪਣੇ ਨੈਕਸਟ ਸ਼ੇਡ ਵੱਲ ਜਾਣਾ ਆ, ਅਤੇ ਉਹ ਮੈਂ ਥੋੜ੍ਹਾ ਆਈ ਥਿੰਕ ਰੁਕ ਕੇ ਹੀ ਯੂਜ਼ ਕਰੂੰਗੀ, ਕਿਉਂਕਿ ਉਹ ਮੈਨੂੰ ਇਹ ਹੈ ਕਿ ਥੋੜ੍ਹਾ ਮੇਕਅਪ ਜਿਹੜਾ ਮੇਰਾ ਬਾਕੀ ਦਾ ਰਹਿ ਗਿਆ ਮੈਂ ਉਹ ਮੇਕਅਪ ਕਰ ਲਵਾਂ, ਉਸ ਤੋਂ ਬਾਅਦ ਹੀ ਯੂਜ਼ ਕਰਾਂ। ਅਤੇ ਬਾਕੀ ਪਿੱਛੇ ਲੱਗਾ ਹੋਇਆ ਜੋ ਇਤਿਹਾਸ਼ ਗੱਲਾਂ ਬਾਤਾਂ ਕਰਨ, ਫਿਰ ਮੈਂ ਉਹਨਾਂ ਦੀ ਗੱਲਾਂ ਵੱਲ ਧਿਆਨ ਆ ਮੇਰਾ ਪੂਰਾ, ਮੈਂ ਉਹਨਾਂ ਦੀ ਗੱਲਾਂ ਕਰ ਰਹੀ ਹਾਂ ਅਤੇ ਉਹਨਾਂ ਨਾਲ ਸੁਣ ਰਹੀ ਉਹਨਾਂ ਦੀ ਗੱਲਾਂ, ਇਹਦੇ ਕਰਕੇ ਥੋੜ੍ਹਾ ਮੇਕਅਪ ਵੀ ਮੇਰਾ ਡਿਲੇ ਹੋਈ ਜਾ ਰਿਹਾ ਸੀਗਾ। ਅਤੇ ਫਿਰ ਮੈਂ ਨੈਕਸਟ ਸ਼ੇਡ ਲਿਆ ਯੈਲੋ, ਯੈਲੋ ਮੈਂ ਆਪਣੀ ਆਈਜ਼ 'ਤੇ ਯੈਲੋ ਵੀ ਲਗਾਊਂਗੀ, ਕਿਉਂਕਿ ਇਹ ਵੀ ਕਲਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਯੈਲੋ। ਇਹ ਮੈਂ ਥੋੜ੍ਹਾ ਫਰੰਟ 'ਤੇ ਯੂਜ਼ ਕਰ ਰਹੀ ਹਾਂ ਯੈਲੋ ਸ਼ੇਡ, ਕਿਉਂਕਿ ਮੇਰੀ ਡਰੈਸ ਆ ਜਿਹੜੀ ਉਹਦੇ ਵਿੱਚ ਥੋੜ੍ਹਾ ਜਿਹਾ ਕਾਫੀ ਕਲਰ ਆ, ਮਤਲਬ ਕਿ ਪਿੰਕ ਵੀ ਆ ਯੈਲੋ ਵੀ ਗ੍ਰੀਨ ਵੀ, ਉਹਦੇ ਕਰਕੇ ਮੈਂ ਥੋੜ੍ਹਾ ਜਿਹਾ ਯੈਲੋ ਯੂਜ਼ ਕਰ ਰਹੀ ਹਾਂ, ਕਿਉਂਕਿ ਯੈਲੋ ਦੇ ਨਾਲ ਤੁਹਾਡੀ ਆਈਜ਼ ਕਾਫੀ ਵਾਈਬ੍ਰੈਂਟ ਲੱਗਦੀ ਹੈ, ਇਸ ਕਰਕੇ ਮੈਂ ਇਹਦੇ ਵੱਲ ਗਈ। ਅਤੇ ਫਿਰ ਯੈਲੋ ਕਲਰ ਜਿਵੇਂ ਕਿ ਤੁਸੀਂ ਦੇਖਿਆ ਹੋਗਾ ਕਿ ਮੈਂ ਜਿੰਨੇ ਵੀ ਕਲਰ ਯੂਜ਼ ਕੀਤੇ ਸਾਰਿਆਂ ਲਈ ਬ੍ਰਸ਼ਸ ਵਗੈਰਾ ਅਲੱਗ ਹੀ ਯੂਜ਼ ਕੀਤੇ ਆ, ਅਤੇ ਮੈਂ ਬਾਕੀ ਤੁਹਾਨੂੰ ਡਿਟੇਲ ਦਊਂਗੀ ਇਹਨਾਂ ਦੀ ਵੀ ਕਿ ਮੈਂ ਕਿਹੜੇ ਬ੍ਰਸ਼ਸ ਯੂਜ਼ ਕਰਦੀ ਹਾਂ, ਕਿਹੜਾ ਮੇਕਅਪ ਯੂਜ਼ ਕਰਦੀ ਹਾਂ, ਉਹ ਵੀ ਜਲਦੀ ਦਊਂਗੀ। ਫਿਰ ਮੈਂ ਉਹੀ ਬ੍ਰਸ਼ ਦੇ ਨਾਲ ਥੋੜ੍ਹਾ ਨੀਚੇ ਯੈਲੋ ਕਲਰ ਅਪਲਾਈ ਕੀਤਾ ਆਈਜ਼ ਦੀ ਲਿਡ ਦੇ ਨੀਚੇ ਤਾਂ ਕਿ ਮੇਰੀ ਆਈਜ਼ ਵੱਡੀਆਂ ਵੱਡੀਆਂ ਲੱਗਣ, ਕਿਉਂਕਿ ਯੈਲੋ ਕਲਰ ਮੈਂ ਕਰਵਾ ਚੌਥ 'ਤੇ ਅਪਲਾਈ ਕੀਤਾ ਸੀ ਅਤੇ ਮੈਨੂੰ ਬਹੁਤ ਵਧੀਆ ਲੱਗਾ ਸੀ ਆਪਣੇ ਫੇਸ 'ਤੇ, ਇਸ ਕਰਕੇ ਮੈਂ ਯੈਲੋ ਕਲਰ ਅਪਲਾਈ ਕਰ ਲਿਆ ਆਪਣੀ ਆਈਜ਼ 'ਤੇ। ਬਾਕੀ ਗਾਈਜ਼ ਤੁਸੀਂ ਵੀ ਅਗਰ ਤੁਹਾਨੂੰ ਮੇਕਅਪ ਕਰਨਾ ਵਧੀਆ ਲੱਗਦਾ ਤਾਂ ਤੁਸੀਂ ਵੀ ਮੇਕਅਪ ਕਰਿਆ ਕਰੋ, ਤੁਹਾਡਾ ਹੱਥ ਹੋਰ ਸਾਫ਼ ਹੋ ਜੂਗਾ। ਮੈਨੂੰ ਵੀ ਇੱਦਾਂ ਹੀ ਆ ਕਿ ਮੈਂ ਕੁਛ ਵੀ ਕਿਸੇ ਤੋਂ ਸਿੱਖਿਆ ਨਹੀਂ ਹੈਗਾ,
ਸਾਰਾ ਕੁਛ ਆਪ ਹੀ ਟਰਾਈ ਕਰਕੇ ਜਦੋਂ ਮੈਨੂੰ ਜਿਹੜੀ ਚੀਜ਼ ਵਧੀਆ ਲੱਗਦੀ ਹੈ ਮੈਂ ਟਰਾਈ ਕਰਦੀ ਰਹਿੰਦੀ ਹਾਂ ਅਤੇ ਮੈਨੂੰ ਆਟੋਮੈਟਿਕ ਆਪ ਹੀ ਮੇਕਅਪ ਥੋੜ੍ਹਾ ਬਹੁਤ ਆਪਣੇ ਲਈ ਕਰਨਾ ਆ ਗਿਆ। ਇਸ ਕਰਕੇ ਮੇਰੇ ਕੋਈ ਪ੍ਰੋਫੈਸ਼ਨਲ ਨਹੀਂ ਮੈਂ ਸਿੱਖਿਆ ਹੋਇਆ ਕਿਤੇ, ਨਾ ਹੀ ਮੈਂ ਕਿਸੇ ਕੋਲ ਕਦੀ ਕਲਾਸਿਸ ਲਈਆਂ। ਉਸ ਤੋਂ ਬਾਅਦ ਮੈਂ ਏਅਰਬਰਡ ਯੂਜ਼ ਕਰ ਰਹੀ ਹਾਂ। ਏਅਰਬਰਡ ਦੇ ਨਾਲ ਮੈਂ ਆਪਣੀ ਆਈਜ਼ ਸਾਫ਼ ਕਰੂੰਗੀ, ਜਿੱਦਾਂ ਆਈਜ਼ ਦੇ ਵਿੱਚ ਕਾਫ਼ੀ ਪਾਣੀ ਵਗੈਰਾ ਆ ਜਾਂਦਾ ਹੈ ਜਾਂ ਕੁਛ, ਉਹਨੂੰ ਮੈਂ ਚੰਗੀ ਤਰ੍ਹਾਂ ਕਲੀਨ ਕਰ ਲਈ ਹਾਂ ਆਈਜ਼ ਨੂੰ, ਤਾਂ ਕਿ ਮੇਰਾ ਜਿਹੜਾ ਮੇਕਅਪ ਆ ਬਿਲਕੁਲ ਵੀ ਪਾਣੀ ਨਿਕਲ ਕੇ ਖਰਾਬ ਨਾ ਹੋਵੇ। ਬਾਕੀ ਗਾਈਸ ਮੈਂ ਲੈਂਸਿਸ ਵਗੈਰਾ ਵੀ ਯੂਜ਼ ਕਰਦੀ, ਤੁਹਾਨੂੰ ਪਤਾ ਅਗਰ ਤੁਸੀਂ ਲੈਂਸਿਸ ਵਗੈਰਾ ਯੂਜ਼ ਕਰਨੇ ਆ ਜਿੱਦਾਂ ਤੁਸੀਂ ਯੂਜ਼ ਟੂ ਨਹੀਂ ਹੈਗਾ ਲੈਂਸਿਸ ਦਾ ਤਾਂ ਪਹਿਲਾਂ ਯੂਜ਼ ਕਰ ਲਓ, ਲੇਕਿਨ ਮੈਂ ਤਾਂ ਯੂਜ਼ ਟੂ ਹਾਂ, ਮੈਨੂੰ ਅੱਖਾਂ 'ਚੋਂ ਪਾਣੀ ਨਹੀਂ ਆਉਂਦਾ, ਇਸ ਕਰਕੇ ਮੈਂ ਲੈਂਸਿਸ ਬਾਅਦ 'ਚੋਂ ਅਪਲਾਈ ਕਰਦੀ ਹਾਂ। ਹੁਣ ਵਾਰੀ ਹੈਗੀ ਆ ਆਪਣੀ ਆਈਬ੍ਰੋਜ਼ ਦੀ। ਆਈਬ੍ਰੋਜ਼ ਮੇਰੇ ਫੇਵਰੇਟ ਪਾਰਟ ਆ। ਅਗਰ ਮੈਂ ਮੇਕਅਪ ਨਹੀਂ ਵੀ ਕਰਨਾ ਹੁੰਦਾ ਬਟ ਮੈਂ ਆਈਬ੍ਰੋਜ਼ ਜ਼ਰੂਰ ਡਿਫਾਈਨ ਕਰਦੀ ਹਾਂ, ਮੈਨੂੰ ਆਈਬ੍ਰੋ ਡਿਫਾਈਨ ਕਰਨਾ ਬਹੁਤ ਜ਼ਿਆਦਾ ਵਧੀਆ ਲੱਗਦਾ। ਪਹਿਲਾਂ ਮੈਂ ਬ੍ਰਸ਼ ਦੀ ਮਦਦ ਨਾਲ ਸਾਰਾ ਆਪਣੀ ਹੇਅਰ ਸੈੱਟ ਕਰ ਲਏ, ਉਸ ਤੋਂ ਬਾਅਦ ਫਿਰ ਮੈਂ ਲੈਣਾ ਆ ਇੱਕ ਡਾਰਕ ਸ਼ੇਡ, ਮਤਲਬ ਬਲੈਕ ਸ਼ੇਡ ਲੈਣਾ ਆ, ਕਿਉਂਕਿ ਰਾਤ ਦਾ ਮੇਕਅਪ ਆ ਅਤੇ ਉੱਥੇ ਮਤਲਬ ਕਿ ਮੈਨੂੰ ਥੋੜ੍ਹਾ ਡਾਰਕ ਹੀ ਚਾਹੀਦਾ ਆ। ਉਹਦੇ ਨਾਲ ਇੱਕ ਮੈਂ ਉੱਪਰ ਲਾਈਨ ਆਈਬ੍ਰੋ ਦੇ ਫਰੰਟ ਉੱਪਰ ਲਾਈਨ ਇੱਕ ਡਰੋਅ ਕਰੂੰਗੀ, ਉਸ ਤੋਂ ਬਾਅਦ ਮੈਂ ਨੇਚਰ ਡਰੋਅ ਕਰੂੰਗੀ ਬਲੈਕ ਲਾਈਨ ਦੇ ਨਾਲ। ਤੁਸੀਂ ਦੇਖ ਸਕਦੇ ਮੈਂ ਕਿਵੇਂ ਡਰੋਅ ਕਰ ਰਹੀ ਹਾਂ, ਕਿਉਂਕਿ ਗਾਈਸ ਜਿਹੜੀ ਆਈਬ੍ਰੋਜ਼ ਆ ਮੈਂ ਕਦੀ ਕਿਸੇ ਤੋਂ ਬਣਵਾਉਂਦੀ ਨਹੀਂ ਹੈਗੀ, ਪਹਿਲਾਂ ਬਣਵਾਉਂਦੀ ਸੀ, ਹੁਣ ਮੈਂ ਆਪ ਹੀ ਆਪਣੀ ਆਈਬ੍ਰੋ ਸੈੱਟ ਕਰ ਲੈਂਦੀ ਹਾਂ ਰੇਜ਼ਰ ਦੀ ਹੈਲਪ ਦੇ ਨਾਲ। ਇਸ ਕਰਕੇ ਮੈਨੂੰ ਹਮੇਸ਼ਾ ਸ਼ੇਪ ਦੇਣੀ ਹੀ ਪੈਂਦੀ ਆ ਬਲੈਕ ਆਈ ਪੈਲਟ ਦੇ ਨਾਲ। ਸੋ ਇੱਥੇ ਮੈਂ ਪਹਿਲਾਂ ਡਰੋਲ ਕੀਤੀਆਂ ਦੋ ਲਾਈਨਾਂ, ਫਿਰ ਉਹਦੇ ਵਿੱਚ ਮੈਂ ਫਿਲ ਕਰੂੰਗੀ ਬਾਅਦ ਦੇ ਵਿੱਚੋਂ। ਪਹਿਲਾਂ ਮੈਂ ਉੱਪਰ ਲਾਈਨ ਡਰੋ ਕਰ ਲਈ, ਹੁਣ ਵਾਰੀ ਆ ਨੀਚੇ ਡਰੋ ਕਰਨ ਦੀ। ਬਾਕੀ ਗਾਈਜ਼ ਤੁਸੀਂ ਨਿਊਡ ਸ਼ੇਡ ਮਤਲਬ ਕਿ ਤੁਸੀਂ ਬਰਾਊਨ ਸ਼ੇਡ ਵੀ ਲੈ ਸਕਦੇ ਹਾਂ ਆਈਬ੍ਰੋਜ਼ ਲਈ। ਮੈਂ ਤਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਇਸ ਲਈ ਡਾਰਕ ਲਿਆ ਹੋਇਆ ਕਿਉਂਕਿ ਰਾਤ ਦਾ ਫੰਕਸ਼ਨ ਸੀ ਅਤੇ ਵੀਡੀਓਜ਼ ਵਗੈਰਾ 'ਚ ਫਿਰ ਆਈਬ੍ਰੋਜ਼ ਲਾਈਟ ਆਉਂਦੀਆਂ, ਇਸ ਕਰਕੇ ਮੈਂ ਡਾਰਕ ਸ਼ੇਡ ਯੂਜ਼ ਕਰ ਰਹੀ ਹਾਂ। ਫਿਰ ਮੈਂ ਆਪਣੀ ਆਈਬ੍ਰੋਜ਼ ਨੂੰ ਅੰਡਰਲਾਈਨ ਕਰਕੇ ਉਸ ਤੋਂ ਬਾਅਦ ਮੈਂ ਯੂਜ਼ ਕਰਨਾ ਆ ਬਰਾਊਨ ਸ਼ੇਡ, ਜਿਹਦੇ ਨਾਲ ਮੈਂ ਅੰਦਰ ਉਹਦੇ ਫਿਲ ਕਰਨਾ ਆਈਬ੍ਰੋਜ਼ ਦੇ ਵਿੱਚ। ਜਿਹੜੀ ਆਈਬ੍ਰੋਜ਼ ਹੈਗੀ ਆ ਉਹਨੂੰ ਮੈਂ ਹੁਣ ਅੰਦਰੋਂ ਚੰਗੀ ਤਰ੍ਹਾਂ ਫਿਲ ਕਰੂੰਗੀ, ਅਤੇ ਮੈਂ ਕਦੀ ਵੀ ਆਈਬ੍ਰੋਜ਼ ਫਰੰਟ ਤੋਂ ਨਹੀਂ ਰੈਡੀ ਕਰਦੀ, ਹਮੇਸ਼ਾ ਬੈਕ ਤੋਂ ਹੀ ਆਈਬ੍ਰੋਜ਼ ਫਿਲ ਕਰਨਾ ਸਟਾਰਟ ਕਰਦੀ ਹਾਂ, ਉਹ ਫਿਰ ਬਹੁਤ ਜ਼ਿਆਦਾ ਓਵਰ ਲੱਗਦਾ, ਇਸ ਕਰਕੇ ਮੈਂ ਉਹਨੂੰ ਬੈਕ ਤੋਂ ਹੀ ਪ੍ਰੈਫਰ ਕਰਦੀ ਹਾਂ। ਗਾਈਜ਼ ਮੈਂ ਫਸਟ ਟਾਈਮ ਕੰਟੀਨਿਊਸਲੀ 30 ਮਿੰਟ ਦਾ ਵੋਇਸ ਓਵਰ ਕਰਨਾ ਹੈ, ਸੋ ਮੇਰੇ ਤੋਂ ਕੋਈ ਗਲਤੀ ਹੋ ਗਈ ਜਾਂ ਮੈਂ ਕੁਛ ਊਚ ਨੀਚ ਬੋਲਤਾ ਹੈ ਤਾਂ ਮੈਨੂੰ ਮਾਫ਼ ਕਰ ਦਿਓ, ਕਿਉਂਕਿ ਮੈਂ ਵੈਸੇ ਤਾਂ ਮੇਕਅਪ ਦੇ ਨਾਲ ਵੀ ਬੋਲ ਕੇ ਮੇਕਅਪ ਕਰ ਸਕਦੀ ਸੀ, ਬਟ ਮੈਂ ਮੇਕਅਪ ਦੇ ਵਿੱਚ ਜ਼ਿਆਦਾ ਬੋਲਣਾ ਪ੍ਰੈਫਰ ਨਹੀਂ ਕਰਦੀ ਹੈਗੀ, ਕਿਉਂਕਿ ਕਰੀਜ਼ ਵਗੈਰਾ ਆਉਂਦੀਆਂ ਜਦੋਂ ਤੱਕ ਮੈਂ ਬੇਸ ਸੈੱਟ ਨਹੀਂ ਹੁੰਦਾ, ਮੈਂ ਜ਼ਿਆਦਾ ਬੋਲਦੀ ਨਹੀਂ, ਜ਼ਿਆਦਾ ਹੱਸਦੀ ਨਹੀਂ ਹੈਗੀ। ਅਤੇ ਐਨੀਵੇਜ਼ ਇੱਥੇ ਤੁਸੀਂ ਦੇਖ ਸਕਦੇ ਹੋ ਮੇਰੀ ਆਈਬ੍ਰੋਜ਼ ਕਿੰਨੀਆਂ ਜ਼ਿਆਦਾ ਪਿਆਰੀਆਂ ਲੱਗ ਰਹੀਆਂ ਆ, ਹਾਲੇ ਥੋੜ੍ਹਾ ਓਵਰ ਲੱਗ ਜਾਊਗਾ ਬਟ ਥੋੜ੍ਹੀ ਕੁ ਦੇਰ ਬਾਅਦ ਸਾਰਾ ਕੁਛ ਸੈੱਟ ਹੋਣ ਤੋਂ ਬਾਅਦ ਸਾਰਾ ਕੁਛ ਲਾਈਟ ਹੋ ਜਾਂਦਾ ਆ ਆਈਬ੍ਰੋਜ਼ ਵਗੈਰਾ ਵੀ। ਅਤੇ ਤੁਸੀਂ ਦੇਖ ਸਕਦੇ ਆ ਕਿੰਨੀ ਜ਼ਿਆਦਾ ਨਿਖਰ ਕੇ ਆਈ ਹੈ, ਕਿਉਂਕਿ ਜਿੰਨੀ ਤੁਹਾਡੀ ਵਧੀਆ ਆਈਬ੍ਰੋਜ਼ ਹੋਣਗੀਆਂ ਨਾ ਉੱਨੀ ਹੀ ਤੁਹਾਡਾ ਮੇਕਅਪ ਵਧੀਆ ਲੱਗੂਗਾ। ਇਸ ਕਰਕੇ ਮੈਂ ਹਮੇਸ਼ਾ ਆਈਬ੍ਰੋਜ਼ 'ਤੇ ਬਹੁਤ ਜ਼ਿਆਦਾ ਟਾਈਮ ਦਿੰਦੀ ਹਾਂ, ਮੈਨੂੰ ਆਈਬ੍ਰੋਜ਼ ਇਸ ਕਰਕੇ ਵਧੀਆ ਲੱਗਦਾ ਅਤੇ ਮੈਂ ਕਦੀ ਵੀ ਆਈਬ੍ਰੋਜ਼ ਕਰਨਾ ਸਕਿਪ ਨਹੀਂ ਕਰਦੀ ਹੈਗੀ। ਸੋ ਇੱਥੇ ਮੈਂ ਚੰਗੀ ਤਰ੍ਹਾਂ ਉਹਨੂੰ ਸੈੱਟ ਕਰ ਰਹੀ ਹਾਂ ਆਈਬ੍ਰੋਜ਼ ਨੂੰ। ਅਤੇ ਫਸਟ ਗੱਲ ਆ ਕਿ ਮੈਨੂੰ ਮੇਕਅਪ ਕਰਨਾ ਆਪਣੇ ਹੱਥ ਨਾਲ ਹੀ ਵਧੀਆ ਲੱਗਦਾ, ਕਿਉਂਕਿ ਬੰਦੇ ਨੂੰ ਆਪਣੇ ਹੱਥ ਨਾਲ ਪਤਾ ਹੁੰਦਾ ਕਿ ਕਿੰਨਾ ਕੁ ਓਵਰ ਹੋ ਗਿਆ ਕਿੰਨਾ ਕੁ ਘੱਟ ਹੋਇਆ ਹੈ ਨਾ। ਉਸ ਕਰਕੇ ਮੈਂ ਹਮੇਸ਼ਾ ਆਪਣੇ ਆਪ ਹੀ ਮੇਕਅਪ ਕਰਦੀ ਹਾਂ। ਬਸ ਮੈਂ ਇੱਕੋ ਹੀ ਲੁੱਕ ਆ ਜਿਹੜੀ ਕਿ ਵਿਆਹ ਵਾਲੀ, ਉਹ ਮੈਂ ਨੇਲਸ ਬਾਏ ਕਿਮ ਤੋਂ ਕਰਵਾਈ, ਉਹਨਾਂ ਨੂੰ ਵੀ ਕਾਫੀ ਵਧੀਆ ਮੇਕਅਪ ਆਉਂਦਾ ਉਹ, ਅਤੇ ਉਹ ਵੀ ਉਹਨਾਂ ਵੀ ਤੁਸੀਂ ਇੰਸਟਾਗ੍ਰਾਮ 'ਤੇ ਤੁਸੀਂ ਚੈੱਕ ਕਰ ਸਕਦੇ ਹੋ ਉਹਨਾਂ ਦੀ ਆਈਡੀ। ਉਹਨਾਂ ਦਾ ਮੇਕਅਪ ਬਹੁਤ ਜ਼ਿਆਦਾ ਵਧੀਆ ਲੱਗਾ ਸੀ ਮੈਨੂੰ, ਉਹਨਾਂ ਦਾ ਮੇਕਅਪ ਵੀ ਜਸਟ ਮੇਰੇ ਮੇਕਅਪ ਵਾਂਗੂ ਹੀ ਸੀਗਾ ਕਿ ਸਟਲ ਜਿਹਾ, ਬਿਲਕੁਲ ਓਵਰ ਨਹੀਂ ਲੱਗ ਰਿਹਾ ਸੀਗਾ। ਸੋ ਇੱਦਾਂ ਹੀ ਆ, ਮੈਂ ਜੋ ਚੀਜ਼ ਕਰਨੀ ਹੁੰਦੀ ਆਪ ਹੀ ਕਰਦੀ ਹਾਂ, ਮੈਨੂੰ ਜ਼ਿਆਦਾ ਕਿਸੇ ਹੱਥ ਦੀ ਚੀਜ਼ ਪਸੰਦ ਨਹੀਂ ਆਉਂਦੀ ਹੈਗੀ। ਸੋ ਤੁਸੀਂ ਦੇਖ ਸਕਦੇ ਮੈਂ ਆਈਬ੍ਰੋ 'ਤੇ ਤਾਂ ਕਾਫੀ ਜ਼ਿਆਦਾ ਟਾਈਮ ਲਗਾ ਲਿਆ ਆ ਗਾਈਸ। ਬਾਕੀ ਤੁਸੀਂ ਵੀ ਦੱਸਿਓ ਕਮੈਂਟ ਦੇ ਵਿੱਚ ਤੁਹਾਨੂੰ ਕਿੱਦਾਂ ਦਾ ਲੁੱਕ ਲੱਗੀ, ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਜਾਂ ਮੈਂ ਆਪਣੇ ਫੇਸ 'ਤੇ ਕੋਈ ਚੀਜ਼ ਗਲਤ ਯੂਜ਼ ਕਰ ਰਹੀ ਹਾਂ ਮੈਨੂੰ ਜ਼ਰੂਰ ਦੱਸਿਓ। ਬਾਕੀ ਗਾਈਜ਼ ਜਦੋਂ ਵੀ ਕੋਈ ਵਲੋਗ ਬਣਾਉਂਦਾ ਆ ਜਾਂ ਐਡੀਟਿੰਗ ਵਗੈਰਾ ਕਰਕੇ ਵਲੋਗ ਪਾਉਂਦਾ ਤਾਂ ਉਹਨੂੰ ਪਲੀਜ਼ ਸਪੋਰਟ ਕਰਿਆ ਕਰੋ, ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ। ਵੈਸੇ ਤਾਂ ਮੇਰਾ ਜੋਤ ਹੀ ਮੇਰੀ ਐਡੀਟਿੰਗ ਕਰਦਾ ਵਲੋਗ ਦੀ, ਬਟ ਅੱਜ ਮੈਂ ਖੁਦ ਵੋਇਸ ਓਵਰ ਕਰ ਰਹੀ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਟਫ ਲੱਗ ਜਾ ਕੰਮ।
ਅਤੇ ਇਹ ਮੇਰੀ ਬਿਲਕੁਲ ਟ੍ਰਿਕ ਆ, ਮੇਰੀ ਫੇਵਰੇਟ ਟ੍ਰਿਕ ਆ। ਜਿਵੇਂ ਕਿ ਤੁਹਾਨੂੰ ਪਤਾ ਆਈਬ੍ਰੋ ਦੇ ਵਾਲ ਨਾ ਜਿਹੜੇ ਨੀਚੇ ਨੀਚੇ ਹੋ ਜਾਂਦੇ ਆ, ਸੈੱਟ ਨਹੀਂ ਹੁੰਦੇ, ਅਤੇ ਮੈਂ ਫਿਕਸਰ ਲੈ ਰਹੀ ਹਾਂ, ਬ੍ਰਸ਼ ਦੇ ਉੱਪਰ ਮੈਂ ਫਿਕਸਰ ਲਗਾਇਆ, ਅਤੇ ਹੇਅਰ ਫਿਕਸਰ ਤੁਹਾਨੂੰ ਪਤਾ ਹੀ ਹੋਊਗਾ, ਅਤੇ ਉਹਦੇ ਨਾਲ ਮੈਂ ਆਪਣੇ ਆਈਬ੍ਰੋ ਦੇ ਵਾਲ ਸੈੱਟ ਕਰ ਰਹੀ ਹਾਂ ਤਾਂ ਕਿ ਜਿਹੜੇ ਮੇਰੇ ਆਈਬ੍ਰੋਜ਼ ਦੇ ਹੇਅਰ ਆ ਉਹ ਇੱਕਦਮ ਸਟ੍ਰੇਟ ਲੈਣ, ਜਿਵੇਂ ਕਿ ਮੈਂ ਸ਼ੇਪ ਜਿਹਨੂੰ ਦਿੱਤੀ ਆ ਉੱਦਾਂ ਹੀ ਲੈਣ। ਅਤੇ ਇਹ ਟ੍ਰਿਕ ਮੈਂ ਇੰਸਟਾਗ੍ਰਾਮ 'ਤੇ ਦੇਖੀ ਸੀ, ਬਟ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਅਤੇ ਕਾਫੀ ਜ਼ਿਆਦਾ ਕੰਮ ਵੀ ਕਰਦੀ ਆ। ਸੋ ਮੈਂ ਇਹ ਟ੍ਰਿਕ 2-3 ਵਾਰੀ ਅਪਲਾਈ ਕਰ ਚੁੱਕੀ ਹਾਂ ਅਤੇ ਕਾਫੀ ਵਧੀਆ ਰਿਜ਼ਲਟ ਵੀ ਆ, ਤੁਸੀਂ ਵੀ ਕਰ ਸਕਦੇ ਹਾਂ ਇਹ। ਉਸ ਤੋਂ ਬਾਅਦ ਗਾਈਜ਼ ਮੈਂ ਵੈਟ ਵਾਈਪ ਲੈ ਕੇ ਆਪਣੇ ਲਿਪਸ ਵਗੈਰਾ ਸਾਫ਼ ਕਰਦੀ ਹਾਂ, ਜੋ ਕਿ ਐਕਸਟਰਾ ਫਾਊਂਡੇਸ਼ਨ ਲੱਗਾ, ਮੈਂ ਉਹਨੂੰ ਫਾਊਂਡੇਸ਼ਨ ਨੂੰ ਚੰਗੀ ਤਰ੍ਹਾਂ ਰਿਮੂਵ ਕਰ ਰਹੀ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਕਈ ਜਿੱਦਾਂ ਫਾਊਂਡੇਸ਼ਨ ਦੇ ਉੱਪਰ ਹੀ ਲਿਪਸਟਿਕ ਯੂਜ਼ ਕਰ ਦਿੰਦੇ ਆ, ਬਟ ਮੈਨੂੰ ਨਹੀਂ ਵਧੀਆ ਲੱਗਦਾ। ਮੈਨੂੰ ਇਹ ਹੁੰਦਾ ਕਿ ਮੈਂ ਚੰਗੀ ਤਰ੍ਹਾਂ ਕਲੀਨ ਕਰਕੇ ਲਿਪਸ, ਉਸ ਤੋਂ ਬਾਅਦ ਹੀ ਫਾਊਂਡੇਸ਼ਨ ਵਗੈਰਾ ਲਿਪਸਟਿਕ ਵਗੈਰਾ ਯੂਜ਼ ਕਰਾਂ, ਕਿਉਂਕਿ ਲਿਪਸਟਿਕ ਬਹੁਤ ਵਧੀਆ ਲੱਗਦੀ ਆ ਮੈਨੂੰ ਲਗਾਉਣੀ। ਅਤੇ ਇਸ ਲਈ ਮੈਂ ਹੁਣ ਆਪਣੇ ਲਿਪਸ ਚੰਗੀ ਤਰ੍ਹਾਂ ਕਰ ਰਹੀ ਹਾਂ ਸਾਫ਼, ਅਤੇ ਡੈਡ ਸਕਿਨ ਵੀ ਮੈਂ ਸਾਫ਼ ਕਰ ਲਈ ਆ ਟੋਵਲ ਦੀ ਹੈਲਪ ਦੇ ਨਾਲ। ਅਤੇ ਸਭ ਤੋਂ ਪਹਿਲਾਂ ਮੈਂ ਹਮੇਸ਼ਾ ਦੀ ਤਰ੍ਹਾਂ, ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣੇ ਜਿਹੜੇ ਲਿਪਸ ਆ ਉਹ ਅੰਡਰਲਾਈਨ ਕਰਦੀ ਹਾਂ, ਇਹ ਬਹੁਤ ਵਧੀਆ ਲੱਗਦਾ। ਮੈਂ ਬਰਾਊਨ ਸ਼ੇਡ ਦੇ ਨਾਲ ਅੰਡਰਲਾਈਨ ਕਰਦੀ ਹਾਂ, ਕਿਉਂਕਿ ਇਹਦੇ ਨਾਲ ਤੁਹਾਡੇ ਲਿਪਸ ਨੂੰ ਕੰਟੋਰ ਵੀ ਮਿਲਦਾ, ਤੁਹਾਡੇ ਲਿਪਸ ਥੋੜ੍ਹੇ ਬਰੋਡ ਵੀ ਲੱਗਦੇ ਆ। ਅਤੇ ਜਿਵੇਂ ਕਿ ਤੁਹਾਨੂੰ ਪਤਾ ਮੇਰਾ ਉੱਪਰ ਵਾਲਾ ਲਿਪਸ ਆ ਜਿਹੜਾ ਉਹ ਥੋੜ੍ਹਾ ਮੈਨੂੰ ਪਤਲਾ ਲੱਗਦਾ ਐਜ਼ ਕੰਪੇਅਰ ਟੂ ਮੇਰੇ ਨੀਚੇ ਵਾਲੇ ਲਿਪਸ ਨਾਲ, ਇਸ ਕਰਕੇ ਮੈਂ ਉਹਨੂੰ ਹਮੇਸ਼ਾ ਡਾਰਕ ਲਿਪ ਸ਼ੇਡ ਦੇ ਨਾਲ ਕੰਟਰੋਲ ਕਰਦੀ ਹੀ ਹੁੰਦੀ ਹਾਂ ਹਮੇਸ਼ਾ। ਅਤੇ ਇਹ ਵੀ ਬੜਾ ਤੁਸੀਂ ਹੌਲੀ ਜਿਹੀ ਕੰਮ ਕਰਨਾ, ਕਿਉਂਕਿ ਇਹਦੇ 'ਚ ਵੀ ਤੁਹਾਨੂੰ ਪੇਸ਼ੈਂਸ ਰੱਖਣਾ ਪੈਣਾ ਆ, ਕਿਉਂਕਿ ਜੇ ਮਾੜੀ ਮੋਟੀ ਲਾਈਨ ਇੱਧਰ ਹੋ ਗਈ ਤਾਂ ਤੁਹਾਡਾ ਵੀ ਸਾਰਾ ਬੇਸ ਖਰਾਬ ਹੋ ਸਕਦਾ। ਇਸ ਕਰਕੇ ਮੈਂ ਇਹਨੂੰ ਹੌਲੀ ਹੌਲੀ ਲਿਪ ਲਾਈਨ ਕੀਤੇ। ਉਸ ਤੋਂ ਬਾਅਦ ਮੈਂ ਹਮੇਸ਼ਾ ਦੀ ਤਰ੍ਹਾਂ ਯੂਜ਼ ਕਰਦੀ ਹਾਂ ਨਿਊਡ ਸ਼ੇਡ। ਮੈਨੂੰ ਇਸ ਲਈ ਵਧੀਆ ਲੱਗਦਾ ਕਿਉਂਕਿ ਉਹ ਤੁਹਾਡੀ ਲੁੱਕ ਬਹੁਤ ਸਟਲ ਜਿਹੀ ਰੱਖਦੀ ਆ। ਮੈਂ ਡਾਰਕ ਸ਼ੇਡ ਨਹੀਂ ਯੂਜ਼ ਕਰਦੀ ਹੈਗੀ, ਮੈਨੂੰ ਡਾਰਕ ਸ਼ੇਡ ਬਹੁਤ ਜ਼ਿਆਦਾ ਅਜੀਬ ਲੱਗਦਾ। ਜੇ ਮੈਂ ਕਦੀ ਯੂਜ਼ ਕਰਨ ਦਾ ਸੋਚ ਵੀ ਲੈਂਦੀ ਹਾਂ ਤਾਂ ਮੈਂ ਜਦੋਂ ਮੇਰੀ ਲੁੱਕ ਕੰਪਲੀਟ ਹੋ ਜਾਂਦੀ ਮੈਂ ਉਤਾਰ ਹੀ ਦਿੰਦੀ ਹਾਂ, ਕਿਉਂਕਿ ਮੈਨੂੰ ਪਤਾ ਨਹੀਂ ਕਿਉਂ ਵਧੀਆ ਨਹੀਂ ਲੱਗਦਾ। ਕਿਤੇ ਹੋ ਜਾਏ ਕਿ ਮੈਨੂੰ ਕੋਈ ਕਵੇ ਜਾਂ ਫਿਰ ਸਪੈਸ਼ਲੀ ਮੇਰੇ ਮੰਮਾ ਹੁਣੀ ਕਹਿਣ ਜਾਂ ਕੋਈ ਵੀ, ਹਾਂ ਰੈੱਡ ਲਿਪਸਟਿਕ ਯੂਜ਼ ਕਰ, ਮੈਂ ਫੇਰ ਕਰਦੀ ਹਾਂ ਅਦਰਵਾਈਜ਼ ਮੈਂ ਕਦੀ ਰੈੱਡ ਲਿਪਸਟਿਕ ਨਾਲ ਨਹੀਂ ਜਾਂਦੀ। ਫਿਰ ਲਿਪਸਟਿਕ ਲਾਉਣ ਤੋਂ ਬਾਅਦ ਮੈਂ ਇੱਕ ਵਾਰ ਫਿਰ ਆਪਣੇ ਲਿਪ ਲਾਈਨਰ ਦੇ ਨਾਲ ਆਪਣੇ ਲਿਪ ਲਾਈਨ ਕਰ ਰਹੀ ਹਾਂ ਤਾਂ ਕਿ ਪਰਫੈਕਸ਼ਨ ਆ ਜਾਏ ਲਿਪਸ ਨੂੰ। ਅਤੇ ਹੁਣ ਦੇਖੋ ਮੇਰੇ ਲਿਪਸ ਕਿੰਨੇ ਜ਼ਿਆਦਾ ਵਧੀਆ ਲੱਗ ਰਹੇ ਆ, ਬਟ ਮੈਨੂੰ ਫਿਰ ਵੀ ਗਾਇਸ ਤਸੱਲੀ ਨਹੀਂ ਆਉਂਦੀ। ਮੈਂ ਬਹੁਤ ਜ਼ਿਆਦਾ ਟਾਈਮ ਦਿੰਦੀ ਹਾਂ ਆਪਣੇ ਲਿਪਸ ਅਤੇ ਆਪਣੇ ਆਈਬ੍ਰੋਸ ਨੂੰ, ਪਤਾ ਨਹੀਂ ਕਿਉਂ। ਅਤੇ ਹੁਣ ਆਪਾਂ ਲਗਾਵਾਂਗੇ ਮੇਰਾ ਫੇਵਰੇਟ ਪਾਰਟ। ਮੈਂ ਹਮੇਸ਼ਾ ਲਿਪਸ ਦੇ ਕੋਲ ਤਿਲ ਲਗਾਉਂਦੀ ਹਾਂ, ਵੈਸੇ ਮੇਰੇ ਲਿਪਸ ਕੋਲ ਤਿਲ ਹੈਗਾ ਆ ਉਹ ਜੋ ਬਹੁਤ ਜ਼ਿਆਦਾ ਲਾਈਟ ਆ, ਅਤੇ ਜਦੋਂ ਮੈਂ ਫਾਊਂਡੇਸ਼ਨ ਯੂਜ਼ ਕਰਦੀ ਹਾਂ ਅਤੇ ਉਹ ਫਿਰ ਗੈਪ ਹੋ ਜਾਂਦਾ ਆ, ਫਿਰ ਉਹਨੂੰ ਮੈਂ ਥੋੜ੍ਹਾ ਡਾਰਕ ਕਰ ਲੈਂਦੀ ਹਾਂ। ਮੈਨੂੰ ਇਹ ਜ਼ਿਆਦਾ ਬਹੁਤ ਵਧੀਆ ਲੱਗਦਾ ਇਹ ਵਾਲਾ ਤਿਲ, ਅਤੇ ਮੈਂ ਇਸ ਲਈ ਇਹਨੂੰ ਕਦੇ ਸਕਿਪ ਨਹੀਂ ਕਰਦੀ ਗਾਈਸ। ਅਤੇ ਪਲੀਜ਼ ਗਾਈਜ਼ ਵਲੋਗ ਨੂੰ ਜ਼ਰੂਰ ਸਪੋਰਟ ਕਰਦੀ ਹੋ, ਮੈਨੂੰ ਵੋਇਸ ਓਵਰ ਕਰਨਾ ਇੰਨਾ ਔਖਾ ਲੱਗ ਰਿਹਾ, ਤੁਸੀਂ ਸੋਚ ਵੀ ਨਹੀਂ ਸਕਦੇ। ਸੋ ਪਲੀਜ਼ ਮੈਨੂੰ ਜ਼ਰੂਰ ਸਪੋਰਟ ਕਰਿਓ, ਠੀਕ ਆ। ਉਸ ਤੋਂ ਬਾਅਦ ਗਾਈਜ਼ ਮੈਂ ਕਰ ਰਹੀ ਆਪਣਾ ਫੇਸ ਕੰਟੋਰ, ਜੋ ਕਿ ਮੈਂ ਕਦੀ ਨਹੀਂ ਕਰਦੀ, ਬਟ ਮੈਂ ਤੁਹਾਨੂੰ ਮੇਕਅਪ ਟਟੋਰੀਅਲ ਪੂਰੀ ਤਰ੍ਹਾਂ ਦੇਣਾ ਚਾਹੁੰਦੀ ਸੀ, ਇਸ ਕਰਕੇ ਮੈਂ ਕੰਟੋਰ ਯੂਜ਼ ਕਰ ਰਹੀ ਹਾਂ, ਬਿਲਕੁਲ ਥੋੜ੍ਹਾ। ਮੈਂ ਕੰਟੋਰ ਨਹੀਂ ਯੂਜ਼ ਕਰਦੀ, ਮੈਂ ਚਾਹੁੰਦੀ ਹਾਂ ਕਿ ਜਿੱਦਾਂ ਦਾ ਮੇਰਾ ਫੇਸ ਆ ਲੋਕ ਉੱਦਾਂ ਦਾ ਹੀ ਮੇਰਾ ਫੇਸ ਦੇਖਣ, ਮੈਂ ਕੁਛ ਵੀ ਅਜੀਬ ਮਤਲਬ ਕੁਛ ਵੀ ਚੀਜ਼ ਨਾ ਚੇਂਜ ਕਰਾਂ। ਇਹੀ ਰੀਜ਼ਨ ਆ ਕਿ ਮੇਰਾ ਮੇਕਅਪ ਮੋਸਟਲੀ ਲੋਕਾਂ ਨੂੰ ਇਸ ਲਈ ਵੀ ਪਸੰਦ ਆਉਂਦਾ ਆ, ਕਿਉਂਕਿ ਮੈਂ ਕੁਛ ਵੀ ਆਪਣਾ ਫੇਸ ਚੇਂਜ ਨਹੀਂ ਕੀਤਾ ਹੁੰਦਾ, ਮੈਂ ਫੀਚਰਸ ਵਗੈਰਾ ਆਪਣੇ ਚੇਂਜ ਨਹੀਂ ਕਰਦੀ ਹੈਗੀ, ਬਸ ਉਹਨਾਂ ਨੂੰ ਥੋੜ੍ਹਾ ਇਨਹਾਂਸ ਜ਼ਰੂਰ ਕਰਦੀ ਹਾਂ ਲਿਪਸਟਿਕ ਲਗਾ ਕੇ, ਆਈਬ੍ਰੋ ਡਿਫਾਈਨ ਕਰਕੇ। ਸੋ ਇੱਥੇ ਮੈਂ ਥੋੜ੍ਹਾ ਥੋੜ੍ਹਾ ਕੰਟਰੋਲ ਕਰ ਰਹੀ ਹਾਂ ਜਸਟ ਤੁਹਾਨੂੰ ਦਿਖਾਉਣ ਲਈ, ਤਾਂ ਕਿ ਤੁਸੀਂ ਟ੍ਰਿਕ ਦੇਖ ਸਕੋ ਕਿ ਮੈਂ ਕਿੱਦਾਂ ਕੰਟਰੋਲ ਕਰੂੰਗੀ ਜੇ ਮੈਂ ਕਰਦੀ ਹੋਈ ਤਾਂ। ਸੋ ਮੈਂ ਇਹਦੇ ਲਾਈਟ ਜਿਹਾ ਕੰਟਰੋਲ ਕਰ ਰਹੀ ਹਾਂ, ਜਿਵੇਂ ਕਿ ਪਤਾ ਮੈਨੂੰ ਜਨਮਾਂ ਤੋਂ ਮਿਲੀ ਹੋਈ ਇਹ ਡਬਲ ਚਿੰਨ, ਜੋ ਕਿ ਮੇਰੀ ਕਦੀ ਵੀ ਨਹੀਂ ਜਾਂਦੀ, ਚਾਹੇ ਮੈਂ ਵੇਟ ਲੂਜ਼ ਕਰਾਂ ਚਾਹੇ ਨਾ ਕਰਾਂ, ਬਟ ਇਹ ਮੈਨੂੰ ਨਹੀਂ ਲੱਗਦਾ ਕਦੀ ਜਾਊਗੀ। ਥੋੜ੍ਹੀ ਬਹੁਤੀ ਘੱਟ ਹੋ ਜਾਂਦੀ ਆ, ਬਟ ਬਿਲਕੁਲ ਨਹੀਂ ਜਾਂਦੀ ਹੈਗੀ, ਇਸ ਲਈ ਇੱਥੋਂ ਤਾਂ ਮੈਂ ਹੁਣ ਇਰੀਟੇਟ ਹੋਣਾ ਬੰਦ ਹੀ ਕਰ ਦਿੱਤਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਦੀ ਮੇਰੇ ਜਾਊਗੀ ਵੀ। ਸੋ ਗਾਈਜ਼ ਕੰਟਰੋਲ ਕਰਨ ਤੋਂ ਬਾਅਦ ਫਿਰ ਹੁਣ ਆਪਾਂ ਆ ਜਾਂਗੇ ਹਾਈਲਾਈਟਸ ਵੱਲਾਂ ਅਤੇ ਬਲੱਸ਼ਰ ਵੱਲਾਂ। ਸੋ ਇੱਥੇ ਮੈਂ ਬਲੱਸ਼ਰ ਯੂਜ਼ ਕਰਨ ਲੱਗੀ ਹਾਂ,
मैं 2-3 शेड मिक्स करके ब्लशर यूज़ करती हूँ, ज़्यादा डार्क भी नहीं ज़्यादा न्यूड भी नहीं। तो ब्लशर मैं उपरली साइड ज़्यादा यूज़ करती हूँ, नीचे तो उपर नू ब्रश लैके जाती हूँ ताकि मेरा फेस थोड़ा लंबा लगे, क्योंकि जो मैं अपनी चिक्स से ज़्यादा ब्लश लगानी है तो मेरा फेस होर ज़्यादा हैवी लगता है, इस करके मैं ब्लश की चिक इदा करती हाँ। ये चीज़ नाल मैनू अपना फेस वधिया भी लगता है, जिवें कि तुसीं देख सकते मैं उपर तक आईब्रोज के कोल जाके ब्रश लैके जा रही अपना, जिदे नाल बहुत ज़्यादा लुक भी मेरी चेंज हो रही है, वधिया लग रहा है। सो मैं थोड़ा जहा नोज से भी यूज़ करूँगी ब्लश, जिदे नाल मैं क्यूट लगा कई, बाकी क्यूट तो मैं हैगी हाँ। तो मैं फिर थोड़ा चिन पर भी ब्लश यूज़ किया, तो तुसीं देख सकते मेरा सोहना जहा मेकअप। तो बाकी गाइस तुसीं देखिया होना मैं हाले हाईलाइट किया नहीं फेस के कोल, तां भी इन्ना ज़्यादा मेरा फेस ग्रो कर रहा है। तो वह रीज़न है पानी, मैं बहुत ज़्यादा पानी पीनी हाँ, तो तुहानूं भी पानी पीना चाहिए। आई थिंक एक दिन 4 लीटर पानी पीना चाहिए, मैं 3-4 लीटर पानी पी ही जाती हाँ। इतने मैं अपने आईलैशेज सैट कर रही हाँ, क्योंकि आईलैशेज मैं एक्सटेंशन करवाई हुई, इस करके मैं आईलैशेज नहीं यूज़ करूँगी। इतने मैं अपनी लिपस्टिक को थोड़ा उम्बरे इफेक्ट देने लिए न्यूड शेड की लिपस्टिक यूज़ कर रही हूँ सेंट के ताकि मैं काइली जेनर वाले लिप्स काइली जेनर वांगू मैं लिप्स चाहनी हाँ अपने। तो वो मैं ट्रिक देखी सी काइली जेनर की, वह हमेशा न्यूड शेड सेंट यूज़ करती है जो कि बहुत ज़्यादा वधिया लुक देंदे साडे लिप्स नू। तो मैं भी फिर उन्होंने कॉपी करती हुई काइली जेनर का सस्ता वर्जन तो मैं भी वह चीज़ यूज़ कर रही सी। सो गाइज मेरा थोड़े स्टैप भी उल्ट पुलट हो जाते हैं, थोड़ा जज ना करो क्योंकि इट्स माई फर्स्ट ट्यूटोरियल, पहला भी मैं ट्यूटोरियल दिता है बहुत बहुत ज़्यादा मतलब कि घट टाइम दिता, फर्स्ट टाइम मैं 30 मिनट का दिता हुआ। इतने गाइज मैं ब्लैक अपनी आई शैडो पैलेट के ब्लैक लाइनर लगा रही हूँ अपनी ब्रश की मदद ना, थोड़ा थोड़ा जहाँ उन्होंने आईज़ में ना थोड़ा ताकि मेरी आईज़ थोड़ी मोटिया मोटिया लगन, वैसे तो यू नो मेरी आईज़ मोटिया ही हैं, बट मैं उन्होंने थोड़ा जहा होर इनहानस करने लिए थोड़ा ब्लैक जहा शैडो लगा रही हूँ। तुम देख सकते कितनी प्यारी लुक आ गई मेरी आईज़ से। तो मैं ज़्यादा लाइनर ओ वाला यूज़ नहीं करती हैगी, ये थोड़ी समच वाली भी लुक आती है जिदा कि आप समच किया होंगे लाइनर, सो इस करके मैं हमेशा जिदा कि आई शैडो के ही यूज़ कर रही हूँ लाइनर। तो जिमें कि थोड़ा पता है फायदी तरह लाइनर कभी भी अपना कभी भी परफेक्ट होंदा ही नहीं है, जे एक अख तो वधिया लग जाए दूजे तो कभी भी नहीं लगता। सो ये तो थोड़ा कुड़ियों को पता ही होना है कि ये तो हमेशा का ही काम आ। सो मेरे नाल भी सेम इदी हों, एक अख तो वधिया लग जाए तो दूजे तो नहीं लगता, बट एनी वेज थोड़ी बहुत ही इनपरफेक्शन नहीं सॉरी की कहते हैं थोड़ी थोड़ी कमियां भी जरूरी है थोड़े मेकअप के, मैंने मेकअप नज़र लग जूगी। इतने मेरे फेवरेट 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 कलर आ नियोन शेड के ग्लिटर सहे, बहुत ज़्यादा प्यारे लगते हैं मैनू, ये थोड़े थोड़े माइलर्स भी आ, वो थोड़ी आई में इन्ना वधिया लुक देंदे आ, तो वीडियोज़ इन्नी ज़्यादा वधिया लुक आती है। सो य मेरा फेवरेट है, मैं बहुत ज़्यादा यूज़ करती हाँ, तो इतने मैं उ यूज़ कर रही हूँ गाइज, तुम देख सकते हो मैं बिल्कुल उन्होंने अपनी आईलिड जी के उत्ते उत्ते लगा रही हूँ, कोई ज़्यादा ओवर नहीं कर रही क्योंकि अगर ज़्यादा ओवर होया तो वधिया नहीं लगेगा। इदा ही मैं दूसरी साइड भी सेम प्रोसीजर के नाल ब्रश के नाल आई शैडो लगा रही हूँ। तुसी देखियो आईज़ मेकअप कि ज़्यादा वधिया लगन लग जूगा जस्ट थोड़े बहुते आई शैडो यूज़ करन नाल, थोड़ी आईज़ बहुत ज़्यादा वधिया लगूंगी ते थोनू मेकअप आर्टिस्ट करन दी लोड़ नहीं पाऊगी। सो तुसी अगर ये ट्रिक्स वगैरह यूज़ करते हो तो बाकी गाइज थानू जिदा वधिया लगता तुसी उदा भी कर सकते हो, तो मैं ये चीज़ा इदा करनिया वधिया लगदियां ते मैं इस तरह मेकअप करती हाँ। तो कोई कमी पेशी हुई तो जरूर दस्यो क्योंकि मैं मननी तो है नहीं करूँगी, तो मैं अपने दिल की जो मेरा दिल करता मैं उदा ही मेकअप करती हाँ। बाकी डिटेल वगैरह थोड़ा आई शैडो पैलेट की फेस से कड़ा यूज़ किया फाउंडेशन वगैरह सारा मैं बाद चो डिटेल दूँगी क्योंकि ऑलरेडी बहुत ज़्यादा मतलब कि लंबा व्लॉग हो चुका है, तो मैं बिच नहीं बोल सकती सी, इस करके मैं सोचा सी कि मैं अलग ही
व्लॉग लेके आऊँगी। सो फिर मैं एक वही वाला कलर लैके उन्होंने थोड़ा मतलब कि ब्लेंड कर रही हूँ अपने आई शेडो के नाल जिन्हें मैं ग्लिटर्स लाए आ ताकि वो चंगी तरह विच मर्ज हो जाए तो आईज़ वधिया लगे। तो मैं थोड़ा जो उन्होंने फिनिशिंग दी आईज़ नू हूँ मैं थोड़ा अपने जो आईज़ से जो आप आई शेडो लाने फेस से डिग जाता उन्होंने मैं साफ भी कर लिया ब्रश की हेल्प नाल। तो हूँ गाइज मैं लगाऊंगी हाईलाइटर। हाईलाइटर भी मैं ज़्यादा कोई डार्क लगाती नहीं हैगी इतने मैं आईज प्योदे को थोड़ा थोड़ा हाईलाइट किया ताकि मेरी आईज हो ज़्यादा वधिया लगन। सो इतने मैं वधिया वधिया तरीके कर रही हूँ हाईलाइट्स। फिर आईज इनर कोनर से भी मैं हाईलाइट कर दी हाँ क्योंकि मैं ये भी बहुत ज़्यादा वधिया लगता हाईलाइट तो मैं बहुत ही ज़्यादा वधिया लगता है अपने फेस से करना। वैसे मैं प्रेफर करती हूँ कि नैचुरली ग्लो आवे फेक ग्लो ना हो तो लिए भी मैं काफ़ी मतलब अपनी सेहत का हूँ ध्यान दे रही हूँ पहला नहीं दिंदी सी। तो इस तो बाद गाइस मैं लगा रही हूँ मेकअप फिक्सर जिद मेरा मेकअप जरा फिक्स हो जाए क्योंकि मैं नटनट अपनाया जिमें कि थोड़ा पता तो मैं बहुत ज़्यादा पसीना आ जाता है भावें सर्दियाँ हो भावें कुछ भी मैं बहुत ज़्यादा पसीना आता। फिर उस तो बाद मैं सुकन दूँगी तो फिर उस बाद मैं ब्लैंड के नाल चंकी तरह ब्लैंड करूँगी ताकि मेरा फेस तो मेकअप चंकी तरह सैट हो जाए खराब ना हो। बाकी गाइस तुम मेरी रील्स वगैरह से तो लुक देख ही ली होनी तो लुक मैंने काफ़ी जन ने पसंद भी की तो मैं लगता भी सीगा कि सारे जने पसंद करूँगे इस करके मेरा ट्यूटोरियल ले आई सी। बाकी वाला तो मेरे तो ट्यूटोरियल नहीं है बट अगर तुम चा मतलब तुम कहोगे कमेंट दसोंगे कि तुम्हें वधिया लगी जी लुक मेरी तीनों लुक के फोर लुक सगिया फोर लुक के जी होर एक तो मैं लुक देती अगर दूजिया भी चाहिए हुई तो मैं कमेंट सैशन से दस दियो ये है मेरी फाइनल लुक। तो जिमें कि थोड़ा बद में बहुत ज़्यादा वधिया लग गई सी तो मेरी परसनली फेवरेट लुक सी गाइज जागो वाली। तो मैं टिक्का वगैरह भी लगाया सी फर्स्ट टाइम तो मैं टिक्के ईयररिंग्स नहीं यूज़ किए सो गाइज मेरे चैनल जरूर सबसक्राइब करो चैनल।